ਅੱਜ ਕੱਲ ਚੋਰੀ ਚਕਾਰੀ ਦੀਆਂ ਵਾਰਦਾਤਾਂ ਇੰਨੀਆਂ ਵੱਧ ਗਈਆਂ ਹਨ ਕਿ ਲੋਕਾਂ ਨੂੰ ਤਾਂ ਕਿਸੇ ਸੀਸੀਟੀਵੀ ਦਾ ਡਰ ਵੀ ਨਹੀਂ ਰਹਿ ਗਿਆ ਤੇ ਨਾ ਹੀ ਕਿਸੇ ਨੂੰ ਦੇਖ ਕੇ ਉਹ ਡਰਦੇ ਨੇ। ਦਿਨ ਦਿਹਾੜੇ ਜਿਹੜੀਆਂ ਚੋਰੀ ਦੀਆਂ ਵਾਰਦਾਤਾਂ ਹੁੰਦੀਆਂ ਜਾ ਰਹੀਆਂ ਹਨ, ਅਜਿਹੇ ਨਾਲ ਜਿਹੜਾ ਮਾਹੌਲ ਹੈ ਉਹ ਕਾਫੀ ਡਰ ਵਾਲਾ ਬਣ ਚੁੱਕਿਆ। ਅਜਿਹਾ ਇੱਕ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਜਿਸ ਦੇ ਵਿੱਚ ਇੱਕ ਚੋਰ ਆਮ ਬੰਦਿਆਂ ਵਾਂਗ ਹੀ ਸੁਨਿਆਰੇ ਦੀ ਦੁਕਾਨ ਦੇ ਵਿੱਚ ਵੜਦਾ ਹੈ ਤੇ ਸੁਨਿਆਰੇ ਤੋਂ ਇੱਕ ਐਡਰੈਸ ਪੁੱਛਣ ਦਾ ਡਰਾਮਾ ਕਰਦਾ ਤੇ ਉਸਨੇ ਸਿਰਫ ਔਰ ਸਿਰਫ ਇੱਕ ਆਪਣੇ ਮੂੰਹ ਤੇ ਜਿਹੜਾ ਮਾਸਕ ਲਗਾਇਆ ਹੁੰਦਾ। ਉਸ ਤੋਂ ਬਾਅਦ ਐਡਰੈਸ ਪੁੱਛਣ ਦੀ ਐਕਟਿੰਗ ਜਦੋਂ ਉਹਦੀ ਖਤਮ ਹੋ ਜਾਂਦੀ ਹੈ ਤੇ ਉਹ ਇੱਕ ਪਿਸਤੌਲ ਨੂੰ ਆਪਣੀ ਜੇਬ ਦੇ ਵਿੱਚੋਂ ਕੱਢ ਕੇ ਜਿਹੜਾ ਸੁਨਿਆਰੇ ਨੂੰ ਧਮਕਾਉਂਦਾ ਤੇ ਉਸ ਤੋਂ ਜੁਐਲਰੀ ਅਤੇ ਕੈਸ਼ ਲੈਣ ਦੀ ਮੰਗ ਕਰਦਾ। ਉਸ ਤੋਂ ਬਾਅਦ ਜਿਹੜਾ ਦੁਕਾਨਦਾਰ ਹੈ ਉਸਨੂੰ ਨਾ ਨੁਕਰ ਜਦੋਂ ਕਰਦਾ ਤੇ ਉਸਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੰਦਾ ਹੈ ਤੇ ਇਹ ਵੀਡੀਓ ਜਿਹੜਾ ਸੋਸ਼ਲ ਮੀਡੀਆ ਤੇ ਅੱਗ ਵਾਂਗੂ ਫੈਲ ਰਿਹਾ। ਇਸ ਵੀਡੀਓ ਨੂੰ ਦੇਖ ਕੇ ਇੱਕ ਗੱਲ ਤਾਂ ਸਾਫ ਹੁੰਦੀ ਹੈ ਕਿ ਚੋਰਾਂ ਅਤੇ ਠੱਗਾਂ ਦਾ ਹੌਸਲਾ ਦਿਨ ਬਰ ਦਿਨ ਵੱਧਦਾ ਹੀ ਜਾ ਰਿਹਾ। ਤੁਸੀਂ ਵੀ ਦੇਖੋ ਇਹ ਵੀਡੀਓ। ਚੁੱਪ ਕਰਕੇ ਬਹਿ ਜਾ ਚੁੱਪ ਕਰਕੇ ਬਹਿ ਜਾ। ਚੁੱਪ ਕਰਕੇ ਬਹਿ ਜਾ। ਚੁੱਪ ਕਰਕੇ ਬਹਿ ਜਾ।
ਇਹਨੂੰ ਹੀ ਜ਼ਰੂਰਤ ਨਹੀਂ ਮੈਂ।